ਸਤਿਕਾਰਯੋਗ ਚੀਫ ਮਿਨਿਸਟਰ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਮੈਨੂੰ ਬਹੁਤ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਤੇ ਅਨੇਕਾਂ ਜਿਹੜੇ ਸਾਡੇ ਗੰਨਾ ਬੀਜਣ ਵਾਲੇ ਕਿਸਾਨ ਨੇ ਉਹਨਾਂ ਦੀ ਗੁਹਾਰ ਤੋਂ ਬਾਅਦ ਮਜਬੂਰੀ ਨਾਲ ਇੱਕ ਚਿੱਠੀ ਤੁਹਾਡੇ ਨਾਲ ਅੱਜ ਮੈਨੂੰ ਓਪਨ ਚਿੱਠੀ ਲਿਖਣੀ ਪੈ ਰਹੀ ਹੈ ਜਿਹਦੇ ਵਿੱਚ ਕੋਪਰੇਟਿਵ ਮਿਲਣਾ ਪ੍ਰਾਈਵੇਟ ਮਿਲਣਾ ਤਾਂ ਜਿਹੜਾ ਡਿਊਜ਼ ਰਹਿੰਦੇ ਨੇ ਜਿਹੜੇ ਬਕਾਏ ਰਹਿੰਦੇ ਨੇ ਜ਼ਿੰਮੇਦਾਰਾਂ ਦੇ ਤਕਰੀਬਨ 70,000 ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਦੇ 2 ਸਾਲ ਦੇ ਬਕਾਏ ਅਜੇ ਤੱਕ ਇਹਨਾਂ ਮਿੱਲਾਂ ਨੇ ਨਹੀਂ ਦਿੱਤੇ ਜਿਹਦੇ ਵਿੱਚ ਸਹਿਕਾਰੀ ਮਿੱਲਾਂ ਜਿਹੜੀਆਂ ਗਵਰਨਮੈਂਟ ਆਫ ਪੰਜਾਬ ਦੀਆਂ ਨੇ ਉਹਨਾਂ ਦੇ 2018 ਤੇ 19 ਦਾ ਜੇ 41.36 ਕਰੋੜ ਰੁਪਈਆ 41.5 ਕਰੋੜ ਰੁਪਈਆ ਉਹਨਾਂ ਦਾ ਰਹਿੰਦਾ ਪ੍ਰਾਈਵੇਟ ਮਿੱਲਾਂ ਦਾ 2018 ਤੇ 19 ਦਾ 55 ਕਰੋੜ ਰੁਪਈਆ ਦੋਨਾਂ ਦਾ ਰਲਾ ਕੇ 2018 ਤੇ 19 ਦਾ 96.36 ਕਰੋੜ ਰੁਪਈਆ ਤਕਰੀਬਨ 100 ਕਰੋੜ ਰੁਪਈਆ ਉਹ ਅਜੇ ਤੱਕ ਬਕਾਇਆ ਇਸ ਸਾਲ ਦੇ ਬਕਾਏ ਜਿਹੜੇ ਨੇ ਤੁਹਾਡੀਆਂ ਸਹਿਕਾਰੀ ਮਿੱਲਾਂ ਜਿਹੜੀਆਂ ਨੇ ਉਹਨਾਂ ਦਾ ਹੈ 257.12 ਕਰੋੜ ਤੇ ਪ੍ਰਾਈਵੇਟ ਮਿੱਲਾਂ ਦਾ ਬਕਾਇਆ ਹੈ 328 ਕਰੋੜ ਰੁਪਇਆ ਸੋ ਜੇ ਟੋਟਲ ਗੰਨੇ ਦਾ ਲੈ ਲਈਏ 2 ਸਾਲਾਂ ਦਾ ਪੰਜਾਬ ਦੇ ਕਿਸਾਨਾਂ ਦਾ ਇੱਕ ਅਜੇ ਤੱਕ ਜਿਹੜਾ ਸਰਕਾਰ ਨੇ ਤੇ ਪ੍ਰਾਈਵੇਟ ਮਿੱਲਾਂ ਨੇ ਦੇਣਾ ਉਹ ਹੈ ਟੋਟਲ 681.48 ਕਰੋੜ ਮੈਂ ਚੀਫ ਮਿਨਿਸਟਰ ਸਾਹਿਬ ਤੁਹਾਨੂੰ ਹੀ ਇਹ ਪੁੱਛਣਾ ਕਿ ਤੁਸੀਂ ਦੱਸੋ ਕਿ ਗਵਰਨਮੈਂਟ ਆਫ ਪੰਜਾਬ ਨੇ ਬਹੁਤ ਸਾਲਾਂ ਤੋਂ ਇਸ ਗੱਲ ਦੇ ਮੰਗ ਕਰਦੇ ਆਏ ਨੇ ਕਿ ਸਾਡਾ ਜਿਹੜਾ ਸੋਇਲ ਦਾ ਟੈਕਸਚਰ ਹੈ ਖਰਾਬ ਹੋ ਰਿਹਾ ਪਾਣੀ ਦੇ ਲੈਵਲ ਬੜੀ ਸਪੀਡ ਨਾਲ ਘਟ ਰਹੇ ਨੇ ਤੇ ਤੁਹਾਡੀ ਹੀ ਬੇਨਤੀ ਤੇ ਪੰਜਾਬ ਦੇ ਕਿਸਾਨਾਂ ਨੇ ਰਵਾਇਤੀ ਜਿਹੜੀ ਸਾਡੀ ਫਸਲ ਸੀ ਝੋਨੇ ਦੇ ਕਣਕ ਦੀ ਉਹਦੇ ਤੋਂ ਡਾਇਵਰਸੀਫਿਕੇਸ਼ਨ ਕੀਤੀ ਤੁਸੀਂ ਕਿਹਾ ਕਿ ਦੂਸਰੀਆਂ ਫਸਲਾਂ ਬੀਜੋ ਦੂਸਰੀਆਂ ਫਸਲਾਂ ਲੋਕਾਂ ਨੇ ਬੀਜੀਆਂ ਤੇ ਅੱਜ ਉਹਨਾਂ ਕਾਸ਼ਤਕਾਰਾਂ ਨੂੰ ਅਸੀਂ ਸਜ਼ਾ ਦੇ ਰਹੇ ਹਾਂ ਉਹ ਆਪਣਾ ਹੱਕ ਮੰਗ ਰਹੇ ਨੇ ਮੁੱਖ ਮੰਤਰੀ ਜੀ ਉਹ ਕੋਈ ਕਿਸੇ ਕਿਸਮ ਦੀ ਕੋਈ ਤੁਹਾਡੇ ਕੋਲੋਂ ਇਸ ਗੱਲ ਦੀ ਫਰਿਆਦ ਨਹੀਂ ਕਰ ਰਹੇ ਕਿ ਸਾਡੀ ਕੋਈ ਮਦਦ ਕਰੋ ਉਹ ਤੇ ਆਪਣੇ ਹੱਕਾਂ ਦੀ ਗੱਲ ਕਰ ਰਹੇ ਤੇ ਜਿਹੜਾ ਸ਼ੂਗਰ ਦੇ ਜਿਹੜੇ ਕਾਨੂੰਨ ਹੈ ਰੇ ਮਿਲਸ ਦੇ ਉਹਦੇ ਬਕਾਇਦਾ ਤੌਰ ਇਹ ਗੱਲ ਲਿਖੀ ਗਈ ਹੈ ਕਿ 14 ਦਿਨ ਤੋਂ ਬਾਅਦ ਜੇ ਕਿਸੇ ਨੂੰ ਪੇਮੈਂਟ ਨਹੀਂ ਹੁੰਦੀ ਤੇ ਉਸ ਕਿਸਾਨ ਦਾ ਹੱਕ ਬਣਦਾ ਕਿ ਉਹਨੂੰ ਬੈਂਕ ਇੰਟਰਸਟ ਦੇ ਨਾਲ ਇਹ ਮਿੱਲਾਂ ਜਿਹੜੀਆਂ ਭਾਵੇਂ ਪ੍ਰਾਈਵੇਟ ਹੋਣ ਭਾਵੇਂ ਸਹਿਕਾਰੀ ਮਿੱਲਾਂ ਹੋਣ ਉਹਨੂੰ ਪੇਮੈਂਟ ਕਰਨਗੇ ਮੇਰੀ ਗੁਜ਼ਾਰਿਸ਼ ਹੈ ਬਹੁਤ ਸਾਰੇ ਤੁਹਾਡੇ ਉੱਚ ਅਧਿਕਾਰੀ ਜਿਹੜੇ ਤੁਹਾਡੇ ਦਫ਼ਤਰ ਦੇ ਉਹਨਾਂ ਨਾਲ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਮੈਂ ਤਾਲਮੇਲ ਵਿੱਚ ਸੀ ਕਿ ਇਹ ਤੁਸੀਂ ਪੈਸੇ ਇਹਨਾਂ ਦੇ ਦਵਾਈ ਜਾਣ ਬਟ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਹਨਾਂ ਨੇ ਆਪਣੀ ਮਜਬੂਰੀ ਜ਼ਾਹਿਰ ਕੀ ਤਾਂ ਮੈਂ ਇਸ ਇੱਕ ਛੋਟੇ ਜਿਹੇ ਵੀਡੀਓ ਦੇ ਜ਼ਰੀਏ ਤੁਹਾਡੇ ਕੋਲ ਮੰਗ ਕਰ ਰਿਹਾ ਕਿ ਪੰਜਾਬ ਦਾ ਫਾਰਮਰ ਜਿਹੜਾ ਹੈ ਕੋਈ ਚੈਰਿਟੀ ਨਹੀਂ ਮੰਗ ਰਿਹਾ ਆਪਣਾ ਹੱਕ ਮੰਗ ਰਿਹਾ ਕਿਰਪਾ ਕਰੋ ਤੁਸੀਂ ਇੰਟਰਵੀਨ ਕਰੋ ਇਹ ਜੁਆਇੰਟ ਲੈਟਰ ਜਿਹੜੀ ਹੈ ਇਕੱਲੀ ਮੇਰੇ ਵੱਲੋਂ ਨਹੀਂ ਲਿਖੀ ਗਈ ਇਹਦੇ ਵਿੱਚ ਕਾਦੀਆਂ ਦੇ MLA ਸਰ ਫਤਿਹ ਜੰਗ ਸਿੰਘ ਬਾਜਵਾ ਵੀ ਸਿਗਨੇਟਰੀ ਨੇ ਇਹਦੇ ਵਿੱਚ ਸਰ ਬਲਵਿੰਦਰ ਸਿੰਘ ਲਾਡੀ MLA ਸ੍ਰੀ ਹਰਗੋਬਿੰਦਪੁਰ ਉਹਨਾਂ ਦੇ ਵੀ ਚਿੱਠੀ ਤੇ ਦਸਖਤ ਨੇ ਇਹਦੇ ਵਿੱਚ ਜੋਗਿੰਦਰਪਾਲ ਜੀ ਸਾਡੇ ਹਲਕਾ ਪੋਏ ਦੇ MLA ਇਹ ਸਾਰੇ ਹੀ MLA ਜਿੰਨੇ ਨੇ ਤੇ ਮੈਂ ਅਸੀਂ ਇਹਨਾਂ ਕਾਸ਼ਤਕਾਰਾਂ ਦੇ ਆਸ਼ੀਰਵਾਦ ਦੇ ਨਾਲ ਹੀ ਅੱਜ ਜਿਨ੍ਹਾਂ ਪੋਜੀਸ਼ਨਾਂ 'ਚ ਪਹੁੰਚੇ ਹਾਂ ਤੁਹਾਡੀ ਸਰਕਾਰ ਦੇ ਵਿੱਚ ਵੀ ਇਹਨਾਂ ਕਾਸ਼ਤਕਾਰਾਂ ਦਾ ਨੁਮਾਇਆ ਰੋਲ ਸੀ MLA ਨੂੰ ਇਲੈਕਟ ਕਰਨ ਵਿੱਚ ਤੁਹਾਡੀ ਸਰਕਾਰ ਬਣਾਉਣ ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਬਣਾਉਣ ਦੇ ਵਿੱਚ ਤਾਂ ਮੇਰੀ ਬੇਨਤੀ ਹੈ ਕਿਰਪਾ ਕਰੋ ਇਹਨਾਂ ਦਾ ਹੱਕ ਜਿਹੜਾ ਜਲਦੀ ਤੋਂ ਜਲਦੀ ਗਵਰਨਮੈਂਟ ਆਫ ਪੰਜਾਬ ਇਹਨਾਂ ਦਾ ਹੱਕ ਦੇ ਓਪਨ ਮੈਸੇਜ ਦੇ ਜ਼ਰੀਏ ਮੈਨੂੰ ਇਹ ਮਜਬੂਰ ਅੱਜ ਇਹ ਵੀਡੀਓ ਦਾ ਇੱਕ ਤੁਹਾਨੂੰ ਮੈਸੇਜ ਕਰਨਾ ਪੈ ਰਿਹਾ ਕਿ ਲੋਕ ਗੁਹਾਰ ਪਾ ਰਹੇ ਨੇ ਇਸ ਗੁਹਾਰ ਸੁਣਨ ਦਾ ਸਾਡਾ ਫਰਜ਼ ਹੈ ਤਾਂ ਜਲਦੀ ਤੋਂ ਜਲਦੀ ਇਹਨਾਂ ਦੇ ਬਕਾਏ ਦੀ ਅਦਾਇਗੀ ਵਿਦ ਇੰਟਰਸਟ ਪੰਜਾਬ ਗਵਰਨਮੈਂਟ ਆਪਣੀਆਂ ਮਿੱਲਾਂ ਤੋਂ ਵੀ ਕਰਵਾਏ ਤੇ ਪ੍ਰਾਈਵੇਟ ਮਿੱਲਾਂ ਤੋਂ ਵੀ ਇਹ ਸਾਰੇ ਪ੍ਰਾਈਵੇਟ ਮਿੱਲਾਂ ਵਾਲੇ ਚੀਫ ਮਿਨਿਸਟਰ ਸਾਹਿਬ ਕੋਈ ਇਹੋ ਜਿਹਾ ਹੈ ਨਹੀਂ ਜਿਹੜਾ ਕਰੋੜਾਂਪਤੀ ਅਰਬਾਂਪਤੀ ਲੋਕ ਹੈ ਪੈਸੇ ਦੀ ਕਿਸੇ ਕੋਈ ਕਮੀ ਹੈ ਨਹੀਂ ਮੈਂ ਵਿਸ਼ੇਸ਼ ਤੌਰ ਇਸ ਵੀਡੀਓ ਦੇ ਵਿੱਚ 2 ਮਿੱਲਾਂ ਦੀ ਸਰਾਹਨਾ ਕਰਨਾ ਚਾਹਾਂਗਾ AB ਸ਼ੂਗਰਸ ਦਸੂਆ ਤੇ ਇੱਕ ਨਾਹਰ ਸ਼ੂਗਰ ਮਿਲਸ ਅਮਲੋ ਇਹਨਾਂ ਦੋਨਾਂ ਨੇ ਪਿਛਲੇ ਸਾਲ ਤੇ ਇਸ ਸਾਲ ਦੇ ਵੀ ਟੋਟਲ ਪੈਸੇ ਕਿਸਾਨਾਂ ਦੇ ਉਹਦੀ ਅਦਾਇਗੀ ਕਰ ਦਿੱਤੀ ਜੇ 2 ਮਿੱਲਾਂ ਦਸੂਏ ਵਾਲੀ ਤੇ ਮਲੋਹ ਵਾਲੀ ਟੋਟਲ ਪੈਸਿਆਂ ਦੀ ਅਦਾਇਗੀ ਕਰ ਸਕਦੀ ਹੈ ਤੇ ਸਹਿਕਾਰੀ ਮਿੱਲਾਂ ਤੇ ਪ੍ਰਾਈਵੇਟ ਬਾਕੀ ਦੀਆਂ ਪ੍ਰਾਈਵੇਟ ਮਿੱਲਾਂ ਕਿਉਂ ਨਹੀਂ ਕਰ ਸਕਦੀ ਤਾਂ ਮੈਂ ਤੁਹਾਨੂੰ ਫਿਰ ਗੁਜ਼ਾਰਿਸ਼ ਕਰਾਂਗਾ ਕਿਰਪਾ ਕਰੋ ਕਿਸਾਨੀ ਦਾ ਬੁਰਾ ਹਾਲ ਹੈ ਲੋਕ ਬੈਂਕਾਂ ਤੋਂ ਚੁੱਕ ਚੁੱਕ ਕੇ ਇੰਟਰਸਟ ਦੇ ਰਹੇ ਨੇ ਉਹਨਾਂ ਦਾ ਆਪਣਾ ਹੱਕ ਉਹਨਾਂ ਨੂੰ ਅਦਾਇਗੀ ਨਹੀਂ ਹੋ ਪਾ ਰਹੀ ਤਾਂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਮੈਸੇਜ ਪਹੁੰਚਣ ਤੋਂ ਬਾਅਦ ਅੱਜ ਇਹ ਓਪਨ ਚਿੱਠੀ ਪਹੁੰਚਣ ਤੋਂ ਬਾਅਦ ਤੁਹਾਡੀ ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦਾ ਹੱਕ ਵਾਪਸ ਲਵੇਗੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ
वाहिगुरु जी का खालसा वाहिगुरु।